ਪੰਜਾਬ ਸਰਕਾਰ ਦਾ ਇੱਕ ਹੋਰ ਉਪਰਾਲਾ ਸਾਹਮਣੇ ਆਇਆ ਜਿਹਦੇ ਵਿੱਚ ਹੈਲਥ ਨੂੰ ਲੈ ਕੇ ਕਾਫੀ ਕਦਮ ਜਿਹੜੇ ਆ ਉਹ ਚੁੱਕੇ ਗਏ ਨੇ। ਹੁਣ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਿਡਨੀ ਸਪੈਸ਼ਲਿਸਟ ਡਾਕਟਰਸ ਨੂੰ ਲਾਇਆ ਗਿਆ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਤੋਂ ਇਹਦੀ ਸ਼ੁਰੂਆਤ ਕੀਤੀ ਗਈ ਹੈ, ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਜੇਕਰ ਕੋਈ ਕਿਡਨੀ ਪ੍ਰੋਬਲਮ ਦਾ ਪੇਸ਼ੈਂਟ ਆਉਂਦਾ ਸੀਗਾ ਉਹਨੂੰ ਰੈਫਰ ਕੀਤਾ ਜਾਂਦਾ ਸੀ PGI ਜਾਂ ਬੱਤੀ ਹਸਪੀਟਲ, ਲੇਕਿਨ ਹੁਣ ਸੀਨੀਅਰ ਡਾਕਟਰਸ ਇੱਥੇ ਲਾਏ ਗਏ ਨੇ। ਮੋਹਾਲੀ ਦੇ ਹਸਪੀਟਲ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਸੀਨੀਅਰ ਡਾਕਟਰਸ ਡਾਕਟਰ ਅੰਕੁਰ ਚੌਧਰੀ ਇੱਥੇ ਮੌਜੂਦ ਹੈ, ਉਹਨਾਂ ਨੂੰ ਇੱਥੇ ਲਾਇਆ ਗਿਆ ਔਰ ਸੀਨੀਅਰ ਡਾਕਟਰ ਨੇ ਡਾਇਲਿਸਿਸ ਯੂਨਿਟ ਤੋਂ ਲੈ ਕੇ ਕਈ ਚੀਜ਼ਾਂ ਨੂੰ ਲੈ ਕੇ ਜਿਹੜੇ ਪੇਸ਼ੈਂਟਸ ਹੁੰਦੇ ਕਿਡਨੀ ਦੇ ਉਹਨਾਂ ਦੀ ਸਾਰਾ ਟ੍ਰੀਟਮੈਂਟ ਕੀਤਾ ਜਾਂਦਾ। ਡਾਕਟਰ ਅੰਕੁਰ ਚੌਧਰੀ ਸਾਡੇ ਨਾਲ ਨੇ। ਡਾਕਟਰ ਸਾਹਿਬ, ਕਿਉਂਕਿ ਪਹਿਲਾਂ ਕਾਫੀ ਪ੍ਰੋਬਲਮ ਆਉਂਦੀ ਸੀਗੀ ਕਿਉਂਕਿ ਕੋਈ ਵੀ ਪੰਜਾਬ ਦਾ ਜਿਹੜਾ ਪੇਸ਼ੈਂਟ ਹੈ ਉਸਨੂੰ ਰੈਫਰ ਕਰ ਦਿੱਤਾ ਜਾਂਦਾ ਸੀਗਾ, ਅਤੇ ਹੁਣ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਤਾਂ ਕੰਮ ਜਿਹੜਾ ਹੈਗਾ ਸ਼ੁਰੂ ਕੀਤਾ? ਨਮਸਕਾਰ ਸਾਰਿਆਂ ਨੂੰ, ਮੇਰਾ ਨਾਮ ਡਾਕਟਰ ਅੰਕੁਰ ਚੌਧਰੀ ਹੈ ਅਤੇ ਮੈਂ PGI ਤੋਂ ਆਪਣੀ DM ਕੀਤੀ ਹੈ ਨੈਫਰੋਲੋਜੀ 'ਚ, ਮੈਂ ਕਿਡਨੀ ਸਪੈਸ਼ਲਿਸਟ, ਅਤੇ ਉਸ ਤੋਂ ਬਾਅਦ ਮਤਲਬ ਆਈ ਐਮ ਦਾ ਲੋਅਰ ਨੈਫਰੋਲੋਜਿਸਟ ਜੋ ਇੱਥੇ ਪਹਿਲੀ ਵਾਰ ਪੋਸਟ ਹੋਇਆ। ਠੀਕ ਹੈ, ਤਾਂ ਇਸ ਵੇਲੇ ਸਾਡੇ ਕੋਲ 2 ਮਸ਼ੀਨਾਂ ਨੇ ਡਾਇਲਿਸਿਸ ਦੀ ਜੋ ਆਲਰੇਡੀ ਫੰਕਸ਼ਨ ਹੈ, ਜਿਸ ਤੋਂ 8 ਤੋਂ 10 ਪੇਸ਼ੈਂਟ ਸਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦਾ ਹਰ ਮਹੀਨੇ ਅਸੀਂ ਡਾਇਲਿਸਿਸ ਕਰਦੇ ਹਾਂ। ਇਸ ਤੋਂ ਇਲਾਵਾ ਅਸੀਂ OPD ਸਰਵਿਸਿਸ ਪ੍ਰੋਵਾਈਡ ਕਰ ਰਹੇ ਹਾਂ ਜਿਹਦੇ ਵਿੱਚ ਜੋ ਵੀ ਕਿਡਨੀ ਰਿਲੇਟਡ ਪ੍ਰੋਬਲਮਸ ਹੈ, ਠੀਕ ਹੈ, ਚਾਹੇ ਉਹ ਕਿਡਨੀ ਫੇਲੀਅਰ ਹੈਗਾ ਹੈ, ਚਾਹੇ ਕਿਡਨੀ ਸਟੋਨਸ ਹੈ ਜਾਂ ਹੋਰ ਕੋਈ ਵੀ ਕਿਡਨੀ ਰਿਲੇਟਡ ਪ੍ਰੋਬਲਮਸ ਹੈ, ਉਹਨਾਂ ਵਾਸਤੇ ਅਸੀਂ ਦਵਾਈ ਅਤੇ ਪ੍ਰੋਪਰ ਟ੍ਰੀਟਮੈਂਟ ਉਹ ਅਸੀਂ ਸ਼ੁਰੂ ਕਰ ਦਿੱਤਾ ਹੈ ਆਲਰੇਡੀ। ਅਤੇ ਜਿਸ ਤਰ੍ਹਾਂ ਸਾਡੀ ਗੱਲ ਹੋ ਰਹੀ ਹੈ ਸਰਕਾਰ ਨਾਲ ਅਤੇ ਹੋਰ, ਸਾਨੂੰ ਉਮੀਦ ਹੈ ਕਿ ਜਲਦ ਤੋਂ ਜਲਦ ਸਾਡੇ ਕੋਲ ਐਟਲੀਸਟ 6 ਮਸ਼ੀਨਾਂ ਹੋਰ ਆਉਣਗੀਆਂ, ਠੀਕ ਹੈ, ਤੇ ਉਸ ਦੇ ਨਾਲ ਕੀ ਹੈ ਸਾਡਾ ਡਾਇਲਿਸਿਸ ਵਾਲਾ ਜੋ ਸਿਸਟਮ ਹੈ ਇਹ ਵੱਧ ਜਾਊਗਾ। ਠੀਕ ਹੈ, ਤੇ ਸਰ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ, ਲਗਾਤਾਰ ਹੁਣ ਪੇਸ਼ੈਂਟਸ ਆ ਰਹੇ ਨੇ, ਕਿਉਂਕਿ ਪਹਿਲਾਂ ਕਾਫੀ ਦਿੱਕਤਾਂ ਹੁੰਦੀ ਸੀ ਕਿ ਜੇ ਕੋਈ ਪੇਸ਼ੈਂਟ ਆ ਰਿਹਾ ਉਹਨੂੰ ਰੈਫਰ ਕੀਤਾ ਜਾਂਦਾ ਸੀ, ਉੱਥੇ ਵੀ ਕਾਫੀ ਰਸ਼ ਹੁੰਦਾ ਹੈ PGI ਜਾਂ ਬੱਤੀ ਸੈਕਟਰ? ਐਕਚੁਅਲੀ ਕਿਡਨੀ ਦੀ ਬਿਮਾਰੀ ਅਜਿਹੀ ਹੈ ਜੋ ਹਰ ਕਿਸੇ ਹੋਰ ਬਿਮਾਰੀ ਨਾਲ ਜੁੜੀ ਹੈ, ਤੁਹਾਡਾ BP ਵੱਧਦਾ ਹੈ ਤਾਂ ਨਾਲ ਕਿਡਨੀ 'ਚ ਅਸਰ ਆਏਗਾ ਹੀ ਆਏਗਾ, ਜੇ ਤੁਹਾਨੂੰ ਡਾਇਬਟੀਜ਼ ਹੈ ਤਾਂ ਉਹਦੇ ਨਾਲ ਕਿਡਨੀ 'ਚ ਅਸਰ ਆਏਗਾ ਹੀ ਆਏਗਾ, ਤਾਂ ਕਿਡਨੀ ਦੇ ਪੇਸ਼ੈਂਟ ਦਾ ਲੋਡ ਬਹੁਤ ਜ਼ਿਆਦਾ ਹੈ। ਲੋਕਾਂ 'ਚ ਪਹਿਲਾਂ ਅਵੇਅਰਨੈਸ ਘੱਟ ਸੀ, ਹੁਣ ਹੌਲੇ ਹੌਲੇ ਕਰਕੇ ਅਵੇਅਰਨੈਸ ਵੱਧ ਰਹੀ ਹੈ ਅਤੇ ਉਸਦੇ ਨਾਲ ਨਾਲ ਇਵੇਂ ਪੇਸ਼ੈਂਟ ਦਾ ਲੋਡ ਬਣਨਾ ਵੀ ਸ਼ੁਰੂ ਹੋ ਗਿਆ ਹੈ। ਬਿਲਕੁਲ, ਕਿਡਨੀ ਦੀ ਜਿੱਦਾਂ ਤੁਸੀਂ ਕਹੀ ਔਰ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਅਵੇਅਰਨੈਸ, ਕਿਉਂਕਿ ਡਾਇਬਟੀਜ਼ ਦੀ ਪ੍ਰੋਬਲਮ ਹੈ, BP ਵੱਧ ਰਿਹਾ ਘੱਟ ਰਿਹਾ ਇਹਦੇ 'ਚ ਵੀ ਹੈ, ਕਿਸ ਤਰ੍ਹਾਂ ਦੀ ਪ੍ਰੀਕੋਸ਼ਨ ਰੱਖਣੀ ਚਾਹੀਦੀ ਔਰ ਪੇਸ਼ੈਂਟ ਜਿਹੜੇ ਆਉਂਦੇ ਨੇ ਉਹ ਕਿਸ ਤਰ੍ਹਾਂ ਸੁਝਾਵ ਦਿੰਦੇ? ਦੇਖੋ, ਸਭ ਤੋਂ ਵੱਡੀ ਗੱਲ ਤਾਂ ਇਹ ਕਿ ਜੋ ਬਿਮਾਰੀਆਂ ਕਿਡਨੀ ਨੂੰ ਗ੍ਰਸਤ ਕਰਦੀਆਂ, ਜਿਵੇਂ BP ਹੈ ਤਾਂ BP ਦਾ ਸਹੀ ਕੰਟਰੋਲ ਹੋਣਾ ਜ਼ਰੂਰੀ ਹੈ, ਸ਼ੂਗਰ ਹੈ ਸ਼ੂਗਰ ਦਾ ਕੰਟਰੋਲ ਜ਼ਰੂਰੀ ਹੈ, ਓਵਰ ਦਾ ਕਾਊਂਟਰ ਮੈਡੀਕੇਸ਼ਨ ਜੋ ਆਪਾਂ ਲੈਂਦੇ ਹਾਂ ਜਾਂ ਜਿਵੇਂ ਐਵੇਂ ਕੋਈ ਕਵੈਕਸ ਤੋਂ ਜਾਂ ਕੋਈ ਦੇਸੀ ਦਵਾਈਆਂ ਆਪਾਂ ਖਾਂਦੇ ਹਾਂ, ਆਪਾਂ ਨੂੰ ਪਤਾ ਨਹੀਂ ਉਹਦੇ ਵਿੱਚ ਕੀ ਹੁੰਦਾ ਹੈ। ਜਾਂ ਜੇਕਰ ਅੱਜ ਕੱਲ੍ਹ ਮੁੰਡੇ ਵਗੈਰਾ ਜੋ ਜਿਮ ਜਾਂਦੇ ਆ ਹੋ ਜਾਂਦੇ ਆ, ਪ੍ਰੋਟੀਨ ਸਪਲੀਮੈਂਟ ਲੈ ਰਹੇ ਨੇ, ਹੋਰ ਚੀਜ਼ਾਂ ਲੈ ਰਹੇ ਨੇ, ਉਹਦੇ ਕਰਕੇ ਵੀ ਕਿਡਨੀ 'ਚ ਅਸਰ ਆ ਸਕਦਾ ਹੈ, ਤਾਂ ਇਹ ਸਾਰੀ ਚੀਜ਼ਾਂ ਆਪਾਂ ਅਵੋਇਡ ਕਰਦੇ ਹਾਂ। ਤੇ ਅਵੇਅਰਨੈਸ ਫੈਲਾਉਣ ਵਾਸਤੇ ਹੁਣ 14 ਮਾਰਚ ਨੂੰ ਕਿਡਨੀ ਡੇ ਆ ਰਿਹਾ, ਵਰਲਡ ਕਿਡਨੀ ਡੇ ਆ ਰਿਹਾ, ਜਿਸ ਵਿੱਚ ਆਪਾਂ ਛੋਟਾ ਜਿਹਾ ਪ੍ਰੋਗਰਾਮ ਵੀ ਕਰ ਰਹੇ ਹਾਂ, ਇੱਥੇ ਨੁੱਕੜ ਨਾਟਕ ਕਰਾਂਗੇ, ਸਭ ਕੁਝ ਕਰਾਂਗੇ, ਬੱਚਿਆਂ ਵੱਲੋਂ ਮਤਲਬ ਪ੍ਰੋਗਰਾਮ ਕੀਤੇ ਜਾਣਗੇ ਤੇ ਆਪਾਂ ਅਵੇਅਰਨੈਸ ਫੈਲਾਵਾਂਗੇ। ਡਾਕਟਰ ਸਾਹਿਬ, ਏਜ ਲਿਮਿਟ ਕੀ ਹੁੰਦੀ ਹੈ ਇਹਦੇ 'ਚ? ਏਜ ਲਿਮਿਟ ਵੀ ਕੁਝ ਹੁੰਦੀ ਹੈ? ਇੱਦਾਂ ਤਾਂ ਕੁਝ ਨਹੀਂ ਕਿ ਬਜ਼ੁਰਗ ਜਿਹੜੇ ਨੇ ਜਾਂ ਫਿਰ 40+50+ ਏਜ ਦੇ ਜਿਹੜੇ? ਨਹੀਂ ਜੀ, ਏਜ ਲਿਮਿਟ ਕੋਈ ਨਹੀਂ ਹੈ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਲੋਕ ਕਿਡਨੀ ਦੇ ਬਿਮਾਰੀਆਂ ਨਾਲ ਗ੍ਰਸਤ ਰਹਿੰਦੇ ਨੇ। ਬਿਮਾਰੀ ਦਾ ਪੈਟਰਨ ਅਲੱਗ ਹੋ ਜਾਂਦਾ ਹੈ, ਛੋਟਿਆਂ ਬੱਚਿਆਂ 'ਚ ਅਲੱਗ ਤਰ੍ਹਾਂ ਦੀ ਬਿਮਾਰੀ ਹੋ ਸਕਦੀ ਹੈ, ਵੱਡਿਆਂ 'ਚ ਬਜ਼ੁਰਗਾਂ 'ਚ ਅਲੱਗ ਤਰ੍ਹਾਂ ਦੀ ਹੁੰਦੀ ਹੈ, ਲੇਕਿਨ ਐਜਾ ਨਹੀਂ ਹੈ ਕਿ ਇੱਕ ਪਰਟੀਕੁਲਰ ਵਰਗ ਜੋ ਹੈ ਉਹ ਬਿਮਾਰੀ ਤੋਂ ਗ੍ਰਸਤ ਹੈ। ਮੋਸਟਲੀ ਰੀਜ਼ਨ ਕੀ ਰਹਿੰਦਾ, ਜਿੱਦਾਂ ਤੁਸੀਂ ਕਿਹਾ BP, ਸ਼ੂਗਰ, ਡਾਇਬਟੀਜ਼, ਹੋਰ ਵੀ ਕੋਈ ਰੀਜ਼ਨ ਹੁੰਦੇ ਖਾਣ ਪੀਣ ਦਾ ਵੀ? ਦੇਖੋ ਜੀ, ਆਪਾਂ ਏਜ ਰਿਲੇਟਡ ਚੱਲਦੇ ਹਾਂ, ਜੋ ਬੱਚੇ ਹੈ ਤਾਂ ਬੱਚਿਆਂ 'ਚ ਜਮਾਂਦਰੂ ਬਿਮਾਰੀਆਂ ਹੋ ਸਕਦੀਆਂ, ਫਿਰ ਜੋ ਮਿਡਲ ਏਜ ਟੂ ਓਲਡ ਏਜ ਹੋ ਗਏ ਉਸ 'ਚ ਇਹੀ ਸਭ ਕੁਝ ਹੋ ਗਿਆ, ਜਿਵੇਂ BP ਹੋ ਗਿਆ, ਸ਼ੂਗਰ ਹੋ ਗਿਆ, ਤੇ ਨਾਲ ਜਿਵੇਂ ਆਪਾਂ ਜੇ ਸਾਲਟ ਇਨਟੇਕ ਸਾਡਾ ਜ਼ਿਆਦਾ ਹੈ, ਕੋਈ ਓਵਰ ਦਾ ਕਾਊਂਟਰ ਆਪਾਂ ਮੈਡੀਕੇਸ਼ਨ ਲੈ ਰਹੇ ਹਾਂ, ਕੋਈ ਮੈਡੀਸਿਨ ਜ਼ਿਆਦਾ ਲੈ ਲਿੱਤੀ ਹੈ, ਕੋਈ ਜਿਹਨੂੰ ਐਂਟੀਬਾਇਓਟਿਕ ਨਹੀਂ ਸੂਟ ਕੀਤਾ, ਇਹ ਸਾਰੀ ਚੀਜ਼ਾਂ ਕਾਰਨ ਕੀ ਹੈ ਕਿਡਨੀ ਗ੍ਰਸਤ ਹੋ ਸਕਦੀ ਹੈ। ਓਲਡ ਏਜ 'ਚ ਕੀ ਹੈ,
ਪੇਸ਼ੈਂਟ ਨੂੰ ਮਤਲਬ ਕੈਂਸਰ ਰਿਲੇਟਡ ਬਿਮਾਰੀ ਹੋ ਸਕਦੀ ਹੈ ਜੋ ਕਿਡਨੀ ਨੂੰ ਵੀ ਅਸਰ ਕਰ ਸਕਦੀ ਹੈ। ਸਰ ਹੁਣ ਹਸਪੀਟਲ 'ਚ ਓਬਵੀਅਸਲੀ ਤੁਸੀਂ ਹੁਣ ਸੇਵਾ ਦੇ ਰਹੇ ਹੋ, ਰਿਸਪੋਂਸ ਕਿੱਦਾਂ ਦਾ, ਲੋਕ ਇੱਥੇ ਆ ਰਹੇ ਹੈ ਹੁਣ ਤਾਂ ਟ੍ਰਾਂਸਫਰ ਵਗੈਰਾ ਜਾਂ ਰੈਫਰ ਵਗੈਰਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਜੋ ਹੈਲਥ ਮਿਨਿਸਟਰ ਸਾਹਿਬ ਨੇ, ਠੀਕ ਹੈ, ਜੋ ਆਪਣੀ ਹੈਲਥ ਟੀਮ ਹੈ ਉਹਨਾਂ ਦਾ ਬਹੁਤ ਧੰਨਵਾਦ ਕਰਾਂਗਾ, ਹੈਲਥ ਸੈਕਟਰੀ ਹੈ ਉਹਨਾਂ ਦਾ ਧੰਨਵਾਦ ਕਰਾਂਗਾ, ਅਤੇ ਆਪਣੇ ਚੀਮਾ ਸਰ ਨੇ SMO ਸਾਡੇ ਜਿਨ੍ਹਾਂ ਕਰਕੇ ਮੈਂ ਇੱਥੇ ਆਇਆ, ਠੀਕ ਹੈ। ਅਤੇ ਹੁਣ ਮਰੀਜ਼ਾਂ ਦਾ ਲੋਡ ਆਉਣਾ ਸ਼ੁਰੂ ਹੋਇਆ ਅਤੇ ਸਾਡੀ ਭਰਪੂਰ ਪ੍ਰਯਾਸ ਇਹੀ ਹੋਏਗਾ ਕਿ ਅਸੀਂ ਦਿਨ ਰਾਤ ਅਵੇਲੇਬਲ ਹਾਂ ਇੱਥੇ, ਠੀਕ ਹੈ, ਕਿਡਨੀ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਆਪਾਂ ਦਿਨ ਰਾਤ ਹਾਜ਼ਰ ਹਾਂ, ਅਤੇ ਕੋਸ਼ਿਸ਼ ਸਾਡੀ ਇਹੀ ਹੋਏਗੀ ਕਿ ਘੱਟੋ ਘੱਟ ਰੈਫਰਲ ਅੱਗੇ ਹੋਏ। ਬਿਲਕੁਲ ਸਰ, ਡਾਇਲਿਸਿਸ ਕਿਉਂਕਿ ਲਾਸਟ ਸਟੇਜ, ਕਿਉਂਕਿ ਲਾਸਟ ਹੁੰਦਾ ਆਪਸ਼ਨ ਕਿ ਡਾਇਲਿਸਿਸ ਕਰਾਉਣਾ ਹੀ ਕਰਾਉਣਾ? ਸਰ ਦੇਖੋ, ਡਿਪੈਂਡ ਕਰਦਾ ਹੈ ਕਿ ਆਪਾਂ ਕਿਸ ਚੀਜ਼ ਵਾਸਤੇ ਡਾਇਲਿਸਿਸ ਕਰਾ ਰਹੇ ਹਾਂ। ਕੁਛ ਚੀਜ਼ਾਂ ਹੁੰਦੀ ਕਿਡਨੀ ਉਵੇਂ ਸਹੀ ਕੰਮ ਕਰ ਰਹੀ ਹੈ ਲੇਕਿਨ ਕਿਸੇ ਕਾਰਨ ਕਿਡਨੀ 'ਚ ਕੋਈ ਅਸਰ ਆ ਗਿਆ ਹੈ, ਜਿਸ ਨੂੰ ਆਪਾਂ ਅਕਿਊਟ ਕਿਡਨੀ ਡਿਜ਼ੀਜ਼ ਬੋਲਦੇ ਹਾਂ, ਅਕਿਊਟ ਕਿਡਨੀ ਇੰਜਰੀ ਬੋਲਦੇ ਹਾਂ। ਉਹਦੇ 'ਚ ਚਾਂਸਿਸ ਹੁੰਦੇ ਨੇ ਇੰਪਰੂਵਮੈਂਟ ਦੇ ਕਿ 2 ਸੈਸ਼ਨ ਡਾਇਲਿਸਿਸ, 3 ਸੈਸ਼ਨ ਡਾਇਲਿਸਿਸ ਦੇ ਹੋਏ ਅਤੇ ਉਸ ਤੋਂ ਬਾਅਦ ਮਤਲਬ ਪੇਸ਼ੈਂਟ ਇੰਪਰੂਵ ਕਰ ਗਿਆ। ਲੇਕਿਨ ਕੁਛ ਕੇਸਿਸ ਹੁੰਦੇ ਜਿਵੇਂ ਕਰੋਨਿਕ ਫੇਲੀਅਰ ਵਾਲੇ, ਜਿਵੇਂ ਆਪਣੇ ਕੋਲ ਸਾਡੇ ਇਸ ਵੇਲੇ ਅੰਦਰ ਜੋ ਡਾਇਲਿਸਿਸ ਚੱਲ ਰਹੇ ਨੇ ਪੇਸ਼ੈਂਟ ਜਿਨ੍ਹਾਂ ਦੀ ਕਿਡਨੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ, ਉਹਨਾਂ 'ਚ ਕੀ ਹੈ ਫਿਰ ਲਾਈਫ ਲੌਂਗ ਉਹਨਾਂ ਨੂੰ ਡਾਇਲਿਸਿਸ ਕਰਵਾਉਣਾ ਪੈਂਦਾ ਹੈ। ਡਾਇਲਿਸਿਸ ਨਹੀਂ ਤਾਂ ਫਿਰ ਦੂਜਾ ਆਪਸ਼ਨ ਜੋ ਹੈ ਉਹ ਆਰਗਨ ਡੋਨੇਸ਼ਨ ਹੈ, ਕਿਡਨੀ ਟ੍ਰਾਂਸਪਲਾਂਟ ਹੈ। ਆਪਣੇ ਹਸਪੀਟਲ 'ਚ ਟੋਟਲੀ ਫ੍ਰੀ ਹੈ ਇਹਦਾ ਜਿਹੜਾ ਟ੍ਰੀਟਮੈਂਟ? ਆਪਣੇ ਕੋਲ ਜਮਾਂ ਫ੍ਰੀ ਹੈ ਜੀ ਸਭ ਕੁਛ, ਆਪਣਾ ਡਾਇਲਿਸਿਸ ਫ੍ਰੀ ਹੁੰਦਾ ਹੈ, ਆਪਣੇ ਕੋਲ ਜਿੰਨੀ ਵੀ ਮੈਡੀਸਿਨਸ ਹੈ ਜੋ ਮੈਡੀਸਿਨ ਹੈ ਉਹ ਆਪਾਂ ਪ੍ਰਿਸਕ੍ਰਾਈਬ ਕਰ ਰਹੇ ਹਾਂ। ਮੈਂ ਆਲਰੇਡੀ ਰਿਕੁਐਸਟ ਕਰ ਚੁੱਕਿਆ ਹਾਂ ਨਈ ਮੈਡੀਸਿਨ ਜੋ ਪਰਟੀਕੁਲਰ ਇਨ ਪਰਟੀਕੁਲਰ ਆਪਾਂ ਨੂੰ ਕਿਡਨੀ ਡਿਜ਼ੀਜ਼ ਵਾਲੇ ਪੇਸ਼ੈਂਟ ਵਾਸਤੇ ਚਾਹੀਦੀ ਹੈ। ਜਲਦ ਤੋਂ ਜਲਦ SMO ਸਰ ਨੇ ਬੋਲਿਆ ਕਿ ਉਹ ਦਵਾਈ ਵੀ ਆਪਣੇ ਕੋਲ ਆਏਗੀ, ਤਾਂ A to Z ਫਿਲਹਾਲ ਸਾਰਾ ਜੋ ਇਲਾਜ ਹੈ ਆਪਣਾ ਫ੍ਰੀ ਆਫ ਕੋਸਟ ਚੱਲ ਰਿਹਾ। ਤੇ ਬਿਲਕੁਲ ਬਹੁਤ ਅਹਿਮ ਹੋ ਜਾਂਦਾ ਜਿੱਦਾਂ ਸਰ ਨੇ ਕਿਹਾ, ਹਾਲਾਂਕਿ ਹਜੇ ਇਹ ਰੂਮ ਪੂਰਾ ਹੈ ਜਿੱਥੇ ਡਾਇਲਿਸਿਸ ਯੂਨਿਟ ਹੈ, ਅੰਦਰ ਡਾਇਲਿਸਿਸ ਹੋ ਰਹੀ ਹੈ ਜਿੱਦਾਂ ਸਰ ਨੇ ਵੀ ਦੱਸਿਆ, ਤੇ ਅੰਦਰ ਦੀ ਹਾਲਾਂਕਿ ਤਸਵੀਰਾਂ ਅਸੀਂ ਨਹੀਂ ਦਿਖਾ ਪਾਵਾਂਗੇ, ਲੇਕਿਨ ਸਰ ਨੇ ਬਹੁਤ ਜਿਹੜਾ ਹੈਗਾ ਇੱਕ ਅਹਿਮ ਜਾਣਕਾਰੀ, ਪੰਜਾਬ ਦੇ ਵਿੱਚ ਹੁਣ ਸ਼ੁਰੂਆਤ ਹੋ ਚੁੱਕੀ ਹੈ, ਸੀਨੀਅਰ ਡਾਕਟਰਸ ਇੱਥੇ ਪਹੁੰਚ ਰਹੇ ਨੇ, ਇਲਾਜ ਕਰ ਰਹੇ ਨੇ ਜਿਹੜੇ ਪੇਸ਼ੈਂਟਸ ਨੇ, ਕਿਉਂਕਿ ਉਹਨਾਂ ਨੂੰ ਰੈਫਰ ਜਾਂ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ, ਜਿਸ ਕਰਕੇ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ। ਹੋਰ ਵੀ ਜਿਹੜੀ ਡਾਇਲਿਸਿਸ ਦੀ ਮਸ਼ੀਨਸ ਹੈ ਉਹ ਇੱਥੇ ਪਹੁੰਚਣਗੀਆਂ, ਫਿਰ ਹੋਰ ਵੀ ਲੋਕ ਜਿਹੜੇ ਨੇ ਜਿਨ੍ਹਾਂ ਨੇ ਡਾਇਲਿਸਿਸ ਕਰਾਉਣਾ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਕਿਡਨੀ ਦੀ ਪ੍ਰੋਬਲਮ ਹੈ, ਉਹ ਇੱਥੇ ਆ ਕੇ ਫ੍ਰੀ ਆਫ ਕੋਸਟ ਜਿਹੜਾ ਉਹ ਟ੍ਰੀਟਮੈਂਟ ਲੈ ਸਕਦਾ। ਮੋਹਾਲੀ ਤੋਂ ਕੈਮਰਾਮੈਨ ਸਰਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।